बाकी जी कार्रवाई आ मैं समझदा सीगा थोड़ी लेट हुई है, ये कार्रवाई पहला हो जानी चाहती सी। एज ए सिख ते एज ए पंजाबी सब तो पहला तो मैं वैलविश रहा भी पंजाबी जिथे भी भारत दुनिया भर के बैठे आ सेफ एंड सिक्योर रहन सब तो पहली गल ये आ। जो अमृतपाल मेन मुद्दा लैके आया सी पंजाब दे विच उन्हें पहले दिन तो एक गल कही आसी कलाम, मैं तो इस गल नाल बिल्कुल भी सहमत नहीं। जे सिखां दे 15 धड़े आ, 15 बंदियां दा 15 धड़े आ, ते सोच मिशनरियां दा मुख इधर नूं आ, टकसालियां दा मुख इधर नूं आ, निर्मलियां दा इधर नूं आ, ते इह हालात बणे होए आ बई सही मायने च 100 सिख वी इकट्ठे हो जाण घंटा बहि जाण लड़ पैण जो हालात जी जी। जद तक असीं इकट्ठे नहीं हुंदे ये नशे वर्गी बीमारी, ये पहले नशे नहीं है भी कोई फीम खाता जा कोई देसी नशा लैंदा जा माड़ी मोटी किसी ने दारू पी ली आ, ये सिंथेटिक ड्रग, क्योंकि पंजाब के हालात आने वाले दिनों बड़े डराने लगन लग गए। अज तक पंजाब दे विच मैं आ गल नहीं सुनी सी बे सिखा ने घेरा पा के पुलिस वाले बेकसूर कुत्ते हो जे साडे वर्गे मावां दे पोते आ, ये कसूरवार है उन्हें जो मर्जी करो। जिथे किसी धी भैन की इज्जत आ जां कि किसी भी धर्म की बेअदबी हो रही है उत्थे कृपा आन बननी आ, कृपान बननी उत्थे कढ़नी जायज़ आ, उत्थे बंदा झटकाउणा भी जायज़ आ, पर होरां हालातां दे विच बेकसूरां नूं कुटणा ते जो इह लोकां दे विच दिशा ते हवा फैला रहा सी इक बहुत ही नफरत ते जहर भरी सी। किहड़ा पोलिटिकल आईटी विंग काम कर रहा है ये नहीं पता लगता, ये एक बंदे का काम नहीं, एक एसोसीएशन का काम नहीं, बहुत वड्डा आईटी विंग इहदे पिछे लगा होया सी। देश अते विदेश विच बैठे दर्शकों का मैं हरविंदर सिंह हरजस टीवी उत्ते विशेष गलबात प्रोग्राम दे विच तुहाडा स्वागत करता हाँ। अज साडे जो मौजूदा गैसट ने सरदार मनजिंदर सिंह जी खालसा एकस जथे दे जो चेयरमैन ने उन्हां नाल आपां अज दे जो मुद्दे हैगे आ भाई अमृतपाल सिंह दी जो पुलिस की कार्रवाई हुई है उहदे बारे आपां उन्हां नाल विशेष गलबात करांगे। ਮਨਜਿੰਦਰ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬੜਾ ਇੱਕ ਖਾਸ ਮੁੱਦਾ ਜੋ ਚੱਲ ਰਿਹਾ ਪੰਜਾਬ ਦੇ ਵਿੱਚ ਉਹ ਇਹ ਹੈਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਤੇ ਇੱਕ ਪੁਲਿਸ ਦੀ ਕਾਰਵਾਈ ਹੋਈ ਹੈ। ਹਾਂਜੀ ਬਿਲਕੁਲ ਜੀ, ਸ਼ਾਇਦ ਉਹ ਮਹਿਤਪੁਰ ਜਾ ਰਹੇ ਸੀਗੇ। ਹਾਂਜੀ ਰਸਤੇ ਵਿੱਚ ਉੱਥੇ ਉਹਨੂੰ ਪੁਲਿਸ ਨੂੰ ਗ੍ਰਿਫਤਾਰ ਕੀਤਾ ਹੈ ਜਾਂ ਨਹੀਂ ਕੀਤਾ ਜੀ ਕੋਈ ਹਜੇ ਚੰਗੀ ਤਰ੍ਹਾਂ ਪੁਸ਼ਟੀ ਨਹੀਂ ਹੋਈ ਜੀ। ਹਾਂਜੀ ਤੇ ਤੁਸੀਂ ਇਸ ਜਿਹੜੀ ਸਰਕਾਰ ਦੀ ਜਿਹੜੀ ਇਹ ਕਾਰਵਾਈ ਹੈ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹਰਜਸ ਟੀਵੀ ਦਾ। ਬਾਕੀ ਜਿਹੜੀ ਇਹ ਕਾਰਵਾਈ ਆ ਮੈਂ ਸਮਝਦਾ ਸੀਗਾ ਥੋੜੀ ਲੇਟ ਹੋਈ ਆ, ਇਹ ਕਾਰਵਾਈ ਪਹਿਲਾਂ ਹੋ ਜਾਣੀ ਚਾਹੀਦੀ ਸੀ। ਐਜ਼ ਏ ਸਿੱਖ ਤੇ ਐਜ਼ ਏ ਪੰਜਾਬੀ ਸਭ ਤੋਂ ਪਹਿਲਾਂ ਤਾਂ ਮੈਂ ਵੈਲਵਿਸ਼ ਰਿਹਾ ਵੀ ਪੰਜਾਬੀ ਜਿੱਥੇ ਵੀ ਭਾਰਤ ਦੁਨੀਆ ਭਰ ਦੇ ਵਿੱਚ ਬੈਠੇ ਆ ਸੇਫ ਐਂਡ ਸਿਕਿਓਰ ਰਹਿਣ ਸਭ ਤੋਂ ਪਹਿਲੀ ਗੱਲ ਇਹ ਆ, ਤੇ ਦੂਜੀ ਗੱਲ ਰਹਿ ਗਈ ਜੋ ਅੰਮ੍ਰਿਤਪਾਲ ਮੇਨ ਮੁੱਦਾ ਲੈ ਕੇ ਆਇਆ ਸੀ ਪੰਜਾਬ ਦੇ ਵਿੱਚ ਉਹਨੇ ਪਹਿਲੇ ਦਿਨ ਤੋਂ ਇੱਕੋ ਗੱਲ ਕਹੀ ਆ ਸੀ ਕਲਾਮ, ਮੈਂ ਤਾਂ ਇਸ ਗੱਲ ਨਾਲ ਬਿਲਕੁਲ ਵੀ ਸਹਿਮਤ ਨਹੀਂ। ਜਦੋਂ ਸੰਤ ਬਾਬਾ ਜਰਨੈਲ ਸਿੰਘ ਪਿੰਡਾਲਿਆਂ ਨੇ ਗੱਲ ਕਹੀ ਸੀ ਆਰ ਪਾਰ ਦੀ ਲੜਾਈ ਸੀ ਉਦੋਂ ਸ਼ਾਇਦ ਇਹ ਗੱਲ ਸਾਰਥਕ ਸੀ, ਬਹੁਤ ਹਾਲਾਤ ਵੱਖਰੇ ਸੀ। ਅੱਜ ਦੇ ਹਾਲਾਤ ਦੇ ਵਿੱਚ ਜੇ ਕੋਈ ਬੱਚਾ IAS IPS ਬਣਦਾ ਆ ਤਾਂ ਉਹਨੂੰ ਕੋਈ ਫੜਦਾ ਨਹੀਂ। ਮੈਂ ਖੁਦ ਇੰਟਰਨੈਸ਼ਨਲ ਫੁੱਟਬਾਲਰ ਰਿਹਾ, ਮੈਨੂੰ ਤਾਂ ਕਿਸੇ ਨੇ ਨਹੀਂ ਰੋਕਿਆ ਸਿੱਖ ਹੋਣ ਕਰਕੇ। ਅਤੇ ਅੱਜ ਦੀ ਡੇਟ ਦੇ ਵਿੱਚ ਕ੍ਰਿਕਟ ਇੰਡੀਆ ਟੀਮ ਦੀ ਹਰਮਨ ਕੌਰ ਜਿਹੜੀ ਆ 84 ਨੰਬਰ ਦੀ ਜਰਸੀ ਪਾਉਂਦੀ ਆ ਉਹ ਕੈਪਟਨ ਆ। ਅਤੇ ਅੱਜ ਦੀ ਸਮੇਂ ਦੇ ਵਿੱਚ ਕ੍ਰਿਕਟ ਦੀਆਂ ਜਾਂ ਫੁੱਟਬਾਲ ਦੀਆਂ ਜਾਂ ਤੁਸੀਂ ਹਾਕੀ ਦੀਆਂ ਮੁੰਡਿਆਂ ਕੁੜੀਆਂ ਦੀਆਂ ਟੀਮਾਂ ਦੇਖੋ ਕਿੰਨੇ ਨੌਜਵਾਨ ਸਾਡੇ ਸਿੱਖਾਂ ਦੇ ਖੇਡ ਰਹੇ ਆ। ਇਹ ਜਿਹੜੀ ਗੱਲ ਆ ਨਿਰਾਸ਼ਾ ਵਾਲੀ ਗੱਲ ਆ, ਜੇ ਅਸੀਂ ਬੱਚਿਆਂ 'ਤੇ ਜਾ ਕੇ ਗੱਲ ਕਰਦੇ ਹਾਂ ਅਸੀਂ ਗੁਲਾਮ ਹਾਂ, ਅਸੀਂ ਅੱਗੇ ਨਹੀਂ ਵੱਧ ਸਕਦੇ। ਆਲਰੇਡੀ ਸਾਡੇ ਬੱਚਿਆਂ ਦੇ ਵਿੱਚ ਇਹ ਗੱਲ ਭਾਵਨਾ ਆ ਚੁੱਕੀ ਹੈ, ਅਸੀਂ ਕੁਛ ਨਵਾਂ ਨਹੀਂ ਸਿੱਖਣਾ। ਕੁਇਟਰ ਬਣ ਚੁੱਕੇ ਜਿਹੜੇ ਪੰਜਾਬੀ ਇੱਕ ਫਾਈਟਰ ਸੀ, ਜਿਹੜੇ ਇੰਟਰਪਨਿਓਰਸ਼ਿਪ ਦੀ ਮਿਸਾਲ ਸੀ ਸਾਰੀ ਦੁਨੀਆ ਦੇ ਵਿੱਚ। ਜੇ ਕੋਈ ਲੱਕੜ ਲਈ ਮਸ਼ਹੂਰ ਹੈ ਲੱਕੜ ਲਈ ਮਸ਼ਹੂਰ ਹੈ, ਜੇ ਕੋਈ ਜਲੇਬੀਆਂ ਲਈ ਮਸ਼ਹੂਰ ਹੈ ਜਲੇਬੀਆਂ ਲਈ, ਸੀਨਾ ਬਾ ਸੀਨਾ ਐਸੇ ਕੰਮ ਚੱਲਦੇ ਸੀ। ਪੂਰੇ ਸੰਸਾਰ ਵਿੱਚ ਐਸੀ ਇੰਟਰਪਨਿਓਰਸ਼ਿਪ ਨਹੀਂ ਦੇਖੀ ਜਾ ਸਕਦੀ। ਪਰ ਅੱਜ ਦੇ ਸਮੇਂ ਦੇ ਵਿੱਚ ਬੱਚਿਆਂ ਨੇ ਉਹਨਾਂ ਕੰਮਾਂ ਨੂੰ ਛੱਡਣਾ ਸ਼ੁਰੂ ਕਰ ਦਿੱਤਾ, ਉਹਨਾਂ ਕੰਮਾਂ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ, ਅਤੇ ਬੱਚੇ ਸਿੱਖਦੇ ਕੁਛ ਨਹੀਂ। ਮੈਂ ਖੁਦ ਜਿੱਦਾਂ ਟ੍ਰਿਪਲ ਪੋਸਟ ਗ੍ਰੈਜੂਏਟ ਹਾਂ ਅਤੇ ਇੱਕ ਕੰਪਿਊਟਰ ਹਾਰਡਵੇਅਰ ਇੰਸਟੀਚਿਊਟ ਚਲਾਉਂਦਾ, ਅਤੇ ਅੱਜ ਦੀ ਡੇਟ ਦੇ ਵਿੱਚ ਬੱਚੇ ਲੱਭਣੇ ਔਖੇ ਹੋ ਜਾਂਦੇ ਸਿੱਖਣ ਲਈ। ਕਿਸੇ ਵੇਲੇ ਸਾਡੇ ਕੋਲ ਇੰਨਾ ਰਸ਼ ਹੁੰਦਾ ਸੀ ਬੱਚਿਆਂ ਨੂੰ ਇਨਕਾਰ ਕਰਨਾ ਪੈਂਦਾ ਸੀ, ਕਿਉਂਕਿ ਬੱਚੇ ਇੱਕੋ ਹੀ ਚੀਜ਼ ਨੂੰ ਸਕਿੱਲ ਸਮਝਦੇ ਆ ਆਇਲਸ ਨੂੰ, ਵੀ ਅਸੀਂ ਆਇਲਸ ਕਰੀਏ ਅਤੇ ਬਾਹਰ ਜਾਈਏ। ਅਤੇ ਅੰਮ੍ਰਿਤਪਾਲ ਦੀਆਂ ਜੋ ਗੱਲਾਂ ਦਾ ਰੁਝਾਨ ਸੀਗਾ
ਜੋ ਅੱਜ ਕੱਲ ਦੇ ਨੌਜਵਾਨ ਆ, ਮੈਂ ਹੁਣ ਹੋਲੇ ਮਹੱਲੇ ਤੇ ਵੀ ਕਿਹਾ, ਬਹੁਤ ਨੌਜਵਾਨ ਜਿਹੜੇ ਆ ਹੋਲੀ ਖੇਡਦੇ ਆ, ਤੇ ਬੜੀ ਇੱਕ ਵੱਖਰੀ ਜਿਹੀ ਹੋਲੇ ਦੇ ਅੰਮ੍ਰਿਤਪਾਲ ਦੇ ਆਉਣ ਤੋਂ ਬਾਅਦ ਇੱਕ ਹਵਾ ਵਹਿਣੀ ਸ਼ੁਰੂ ਹੋ ਗਈ। ਮੇਰੇ ਕਈ ਯਾਰ ਦੋਸਤ ਵੀ ਆ ਜਿਹੜੇ ਫੈਸਲਿਆਂ 'ਚ ਜਾਂਦੇ ਆ, ਬੜੀ ਨਿਮਰਤਾ ਨਾਲ ਬੈਠਦੇ ਸੀ, ਉਹ ਵੀ ਕੁੱਟਾਂ ਮਾਰਾਂ 'ਤੇ ਆ ਗਿਆ। ਇੱਕ ਮਾਹੌਲ ਇਸ ਤਰ੍ਹਾਂ ਦਾ ਤਿਆਰ ਕੀਤਾ ਗਿਆ। ਜਿਹੜੀ ਅਜਨਾਲੇ ਵਾਲੀ ਘਟਨਾ ਆ, ਮੈਂ ਇੰਨਾ ਹੈਰਾਨ ਹੋਇਆ ਬਈ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਲੈ ਕੇ ਜਾਂਦਾ ਬੰਦਾ, ਕਿਹਨੇ ਉਹਨੂੰ ਇਸ ਚੀਜ਼ ਦੀ ਮਤਲਬ ਪਰਮਿਸ਼ਨ ਦਿੱਤੀ ਆ, ਕਿਹੜੀ ਮਰਿਆਦਾ 'ਚ ਇਸ ਤਰ੍ਹਾਂ ਲਿਖਿਆ, ਤੂੰ ਜੰਗ ਤੇ ਵੀ ਨਹੀਂ ਜਾ ਰਿਹਾ, ਜੰਗ ਤੇ ਵੀ ਇਹ ਚੀਜ਼ਾਂ ਅਲਾਊਡ ਨੇ। ਅਕਾਲੀ ਫੂਲਾ ਸਿੰਘ, ਮਹਾਰਾਜਾ ਰਣਜੀਤ ਸਿੰਘ ਨਮਸਕਾਰ ਕਰਕੇ ਆਗਿਆ ਲੈ ਕੇ ਗੁਰੂ ਮਹਾਰਾਜ ਤੋਂ ਜਾਂਦੇ ਸੀ, ਗੁਰੂ ਮਹਾਰਾਜ ਨੂੰ ਨਾਲ ਜਾਊਂਗੇ ਕਿਤੇ ਵੀ ਬੇਅਦਬੀ ਹੋ ਸਕਦੀ ਆ, ਤੇ ਇਹ ਇੱਕ ਢਾਲ ਬਣਾ ਕੇ ਗਿਆ ਤੇ ਨੌਜਵਾਨ ਉਹਨਾਂ ਨੂੰ ਮੂਹਰੇ ਕਰਦਾ ਰਿਹਾ, ਜਿਹਦੀ ਇਹਦੀ ਟ੍ਰਿਕ ਆ ਸ਼ੁਰੂ ਤੋਂ ਰਹੀ ਆ। ਖਾਲਸਾ ਵਹੀਰ ਦੇ ਵਿੱਚ ਵੀ ਇਹਨੇ ਨੌਜਵਾਨਾਂ ਨੂੰ ਉਕਸਾਇਆ, ਤੇ ਨੌਜਵਾਨ ਜਿਹੜੇ ਸਾਡੇ ਭੋਲੇ ਆ, ਬਾਣੀ ਜ਼ਰੂਰ ਪਹਿਣ ਲਏ ਆ, ਬਾਣੀ ਤੇ ਗੁਰ ਇਤਿਹਾਸ ਤੋਂ ਸੱਖਣੇ ਆ, ਇਹਦੇ 'ਚ ਕਹਿਣ 'ਚ ਮੈਂ ਕੋਈ ਸ਼ਰਮ ਮਹਿਸੂਸ ਨਹੀਂ ਕਰਦਾ, ਤੇ ਜਿਹਦੇ ਕਰਕੇ ਬੱਚੇ ਇਹਦੇ ਪਿੱਛੇ ਲੱਗ ਕੇ ਖਾਲਿਸਤਾਨ ਜਾਂ ਫਲਾਨਾ ਨਾਅਰੇ ਲਾਉਣ ਲੱਗ ਪਏ, ਤੇ ਉਹਨਾਂ ਦੀ ਸਾਰਿਆਂ ਦੀ ਵੀਡੀਓ ਰਿਕਾਰਡਿੰਗ ਹੋਈ ਆ। ਏਜੰਸੀਆਂ ਇਹ ਚੀਜ਼ਾਂ ਚਾਹੁੰਦੀਆਂ, ਜੇ ਆਪਾਂ ਕੋਈ ਖਾਸ ਹੱਕ ਮੰਗਣੇ ਚਾਹੁੰਦੇ ਹਾਂ, ਜਿਸ ਤਰ੍ਹਾਂ ਜਰਨੈਲ ਸਿੰਘ ਪਿੰਡਰਾਲੇ ਕਹਿੰਦੇ ਸੀ ਵੀ ਚਲੋ ਵੱਖਰੇ ਮੁਲਕ ਦੀ ਗੱਲ ਤਾਂ ਇੱਕ ਵੱਖਰੀ ਗੱਲ ਆ, ਪਰ ਅਸੀਂ ਦੂਜੇ ਤਰਜੇ ਦੇ ਸ਼ਹਿਰੀ ਨਹੀਂ ਬਣ ਕੇ ਰਹਿਣਾ, ਇਸ ਚੀਜ਼ ਦਾ ਮੈਂ ਵੀ ਹੱਕਦਾਰ ਹਾਂ, ਮੈਂ ਵੀ ਇਸ ਚੀਜ਼ ਨੂੰ ਮੰਨਦਾ ਤੇ ਇਸ ਚੀਜ਼ ਦੇ ਹੱਕ ਦੇ ਵਿੱਚ ਹਾਂ। ਪਰ ਖਾਲਿਸਤਾਨ ਦੀ ਜਿਹੜੀ ਸੰਭਾਵਨਾ ਲੋਕਾਂ ਦੇ ਵਿੱਚ ਇਹਨੇ ਜਗਾਉਣੀ ਸ਼ੁਰੂ ਕੀਤੀ, ਇੱਕ ਸੁਪਨਾ ਦਿਖਾਉਣਾ ਸ਼ੁਰੂ ਕੀਤਾ ਵੀ ਅਸੀਂ ਆਏ ਹਾਂ, ਅਸੀਂ ਖਾਲਿਸਤਾਨ ਲੈ ਕੇ ਦੇਵਾਂਗੇ, ਉਹ ਬਿਲਕੁਲ ਝੂਠੀ ਗੱਲ ਆ। ਪੰਜਾਬ ਦੀ ਆਬਾਦੀ ਪੰਜਾਬ ਨਾਲੋਂ ਵੱਧ ਪੰਜਾਬ ਦੇ ਬਾਹਰਲੇ ਸੂਬਿਆਂ 'ਚ ਵੱਸਦੀ ਆ, ਉਹਨਾਂ ਦੇ ਦਿਲਾਂ 'ਤੇ ਕੀ ਬੀਤਦੀ ਆ ਜਦੋਂ ਖਾਲਿਸਤਾਨ ਸ਼ਬਦ ਬੋਲਿਆ ਜਾਂਦਾ। ਖਾਲਿਸਤਾਨ ਇੱਕ ਅਜਿਹਾ ਸ਼ਬਦ ਬਣ ਚੁੱਕਾ ਪਿਛਲੇ 25 ਸਾਲਾਂ 'ਚ, ਜਿਹਦੇ ਨਾਮ 'ਤੇ ਬਹੁਤੇ ਸਿੱਖਾਂ ਦਾ ਰੋਜ਼ਗਾਰ ਚੱਲਦਾ, ਰੋਟੀ ਚੱਲਦੀ ਆ, ਅਤੇ ਬਹੁਤ ਸਿੱਖਾਂ ਦੇ ਬੱਚੇ ਅੰਦਰ ਵੀ ਜਾਂਦੇ ਆ। ਜਿਹੜੀ ਭਗਵੰਤ ਮਾਨ ਦੀ ਇਹ ਕਾਰਵਾਈ ਆ, ਮੈਂ ਬੜਾ ਹੈਰਾਨ ਸੀ, ਕਿਉਂਕਿ ਮੈਂ ਭਗਵੰਤ ਮਾਨ ਨੂੰ ਬਹੁਤ ਪਹਿਲੇ ਆਏ ਲੀਡਰਾਂ ਨਾਲੋਂ ਸੂਝਵਾਨ ਅਤੇ ਡਿਸੀਜਨ ਦੇ ਵਿੱਚ ਤਗੜਾ ਰੱਖ ਕੇ ਚੱਲਦਾ, ਕਿਉਂਕਿ ਮੈਨੂੰ ਲੱਗਦਾ ਸੀਗਾ ਵੀ ਇਹ ਹਰੇਕ ਚੀਜ਼ ਕੇਜਰੀਵਾਲ ਨੂੰ ਪੁੱਛੂਗਾ, ਪਰ ਉਹਨੇ ਬਹੁਤ ਫੈਸਲੇ ਆਪਣੇ ਦਮ 'ਤੇ ਲਏ ਆ। ਪਰ ਇਹਦੇ ਵਿੱਚ ਡਿਲੇ ਕੀਤਾ, ਉਹਦੇ ਕੁਛ ਰੀਜ਼ਨ ਆ। ਮੈਂ ਹੁਣੀ ਸੁਣ ਰਿਹਾ ਸੀਗਾ ਵੀ ਪਹਿਲਾਂ ਵਿਧਾਨ ਸਭਾ ਦੇ ਸੈਸ਼ਨ ਸੀ, ਹੁਣ ਆਪਣੇ ਜਿਹੜਾ GAT ਸੈਮੀਨਾਰ ਚੱਲ ਰਿਹਾ ਆ, ਜਿਹਦੇ ਕਰਕੇ ਇਹ ਡਿਲੇ ਹੋਇਆ ਪ੍ਰੋਸੈਸ। ਪਰ ਜਿੰਨਾ ਕੁ ਮੈਂ ਦੇਖਿਆ, ਬਹੁਤ ਕਲੀਨਿਕਲੀ ਬਾਕੀ CRPF ਵਗੈਰਾ ਨੂੰ ਨਾਲ ਲੈ ਕੇ ਇਹਨਾਂ ਨੇ ਘਰ ਨੂੰ ਗ੍ਰਿਫਤਾਰ ਨਹੀਂ ਕੀਤਾ, ਮਾਹੌਲ ਇਕਦਮ ਖਰਾਬ ਹੋਵੇ, ਤੇ ਉਹਨੂੰ ਰਸਤੇ ਦੇ ਵਿੱਚੋਂ ਫੜਿਆ, ਤੇ ਉਹਨੂੰ ਫੜ ਕੇ ਅੰਦਰ ਲਿਆਉਂਦਿਆਂ ਦੀ ਫੋਟੋ ਵੀ ਆ ਰਹੀ ਆ, ਨਾਲ ਦੇ ਸਮਰਥਕ ਵੀ ਫੜੇ ਗਏ ਆ, ਇਹਦੇ ਪਿੰਡ 'ਤੇ ਵੀ ਘੇਰਾਬੰਦੀ ਕੀਤੀ ਗਈ ਆ, ਬਹੁਤ ਸੁਚੱਜੇ ਤਰੀਕੇ ਨਾਲ ਸਾਰਾ ਕੰਮ ਕੀਤਾ ਗਿਆ। ਪਰ ਵਿੱਚ ਇੱਕ ਖਬਰ ਆ ਰਹੀ ਆ ਬਈ ਸ਼ਾਇਦ ਉਹ ਇਹਨਾਂ ਦੀ ਪਕੜ 'ਚੋਂ ਨਿਕਲ ਗਿਆ, ਪਰ ਮੈਂ ਇਸ ਚੀਜ਼ ਨੂੰ ਸੱਚ ਨਹੀਂ ਮੰਨਦਾ। ਜਿੱਡਾ ਵੱਡਾ ਕਾਫਲਾ ਪੁਲਿਸ ਦਾ ਸੀ, ਉਹਦੇ ਵਿੱਚੋਂ ਤਾਂ ਇੱਦਾਂ ਨਿਕਲਿਆ ਨਹੀਂ ਜਾ ਸਕਦਾ, ਅਤੇ ਪ੍ਰਮਾਤਮਾ ਚੰਗਾ ਕਰੇ ਜੇ ਇਹ ਫੜ ਹੋਵੇ, ਕਿਉਂਕਿ ਪੰਜਾਬ ਦੇ ਹਾਲਾਤ ਆਉਣ ਵਾਲੇ ਦਿਨਾਂ 'ਚ ਬੜੇ ਡਰਾਉਣੇ ਲੱਗਣ ਲੱਗ ਪਏ ਸੀ। ਅੱਜ ਤੱਕ ਪੰਜਾਬ ਦੇ ਵਿੱਚ ਮੈਂ ਆਹ ਗੱਲ ਨਹੀਂ ਸੁਣੀ ਸੀ ਵੀ ਸਿੱਖਾਂ ਨੇ ਘੇਰਾ ਪਾ ਕੇ ਪੁਲਿਸ ਵਾਲੇ ਬੇਕਸੂਰ ਕੁੱਟੇ ਹੋਣ, ਜਿਹੜੇ ਸਾਡੇ ਵਰਗੇ ਮਾਵਾਂ ਦੇ ਪੋਤੇ ਆ। ਜੇ ਕਸੂਰਵਾਰ ਆ ਉਹਨੂੰ ਜੋ ਮਰਜ਼ੀ ਕਰੋ, ਮਹਾਰਾਜ ਸਾਹਿਬ ਨੇ ਕਿਰਪਾ ਆਣ ਬਣਾਈ ਆ, ਸਾਨੂੰ ਸ਼ਸਤਰ ਦਿੱਤਾ, ਉਹਨੂੰ ਤਲਵਾਰ ਨਹੀਂ ਕਿਹਾ। ਕਿਰਪਾ ਆਣ ਦਾ ਮਤਲਬ ਹੈ ਕਿਰਪਾ ਰੱਖਣੀ, ਲੜਨਾ ਝਗੜਨਾ ਨਹੀਂ, ਨਿੱਜੀ ਝਗੜੇ 'ਚ ਨਹੀਂ ਪੈਣਾ। ਪਰ ਜਦੋਂ ਗੱਲ ਆ ਗਈ ਆਣ ਦੀ, ਜਿੱਥੇ ਕਿਸੇ ਧੀ ਭੈਣ ਦੀ ਇੱਜ਼ਤ ਆ, ਜਾਂ ਕਿੱਥੇ ਕਿਸੇ ਵੀ ਧਰਮ ਦੀ ਬੇਅਦਬੀ ਹੋ ਰਹੀ ਆ, ਉੱਥੇ ਕਿਰਪਾ ਆਣ ਬਣਨੀ ਆ, ਕਿਰਪਾਨ ਬਣਨੀ ਆ, ਉੱਥੇ ਕੱਢਣੀ ਜਾਇਜ਼ ਆ, ਉੱਥੇ ਬੰਦਾ ਝਟਕਾਉਣਾ ਵੀ ਜਾਇਜ਼ ਆ। ਪਰ ਹੋਰਾਂ ਹਾਲਾਤਾਂ ਦੇ ਵਿੱਚ ਬੇਕਸੂਰਾਂ ਨੂੰ ਕੁੱਟਣਾ, ਅਤੇ ਜੋ ਇਹ ਲੋਕਾਂ ਦੇ ਵਿੱਚ ਦਿਸ਼ਾ ਅਤੇ ਹਵਾ ਫੈਲਾ ਰਿਹਾ ਸੀ, ਬਹੁਤ ਹੀ ਨਫ਼ਰਤ ਅਤੇ ਜ਼ਹਿਰ ਭਰੀ ਸੀ। ਜਦਕਿ ਧਰਮ ਨੂੰ ਪਿਆਰ ਨਾਲ ਹੀ ਕੰਮ ਕਰਨਾ ਚਾਹੀਦਾ, ਨਫ਼ਰਤ ਦੀ ਲੋੜ ਉੱਥੇ ਹੁੰਦੀ ਜਿੱਥੇ ਆਪਾਂ ਬਦਮਾਸ਼ੀ ਕਰਨੀ ਹੋਵੇ, ਬਾਕੀ ਸਾਰੇ ਕੰਮ ਕਰਨ ਲਈ ਪਿਆਰ ਬਹੁਤ ਹੁੰਦਾ। ਇਹ ਗੁਰੂ ਨਾਨਕ ਮਹਾਰਾਜ ਜੀ ਦਿੱਤੀ ਫਿਲੋਸਫੀ ਹੈ, ਇਹੀ ਸਿੱਖੀ ਆ, ਮੇਰੀ ਇਹੀ ਮੰਗਣੀ ਆ ਭਾਈ ਸਾਹਿਬ ਇਸ ਮਾਮਲੇ ਦੇ ਵਿੱਚ। ਮਨਜਿੰਦਰ ਸਿੰਘ ਜੀ, ਜਿੱਦਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਕਹਿ ਰਹੇ ਸੀਗੇ ਕਿ ਅਸੀਂ ਨਸ਼ਿਆਂ ਦੇ ਖਿਲਾਫ ਜਿਹੜਾ ਉਹਨਾਂ ਨੇ ਇੱਕ ਮੁਹਿੰਮ ਚਲਾਈ ਸੀ, ਹਾਂਜੀ, ਕਿ ਨੌਜਵਾਨਾਂ ਨੂੰ ਨਸ਼ਿਆਂ ਵਿੱਚੋਂ ਬਾਹਰ ਕੱਢਣਾ, ਬਾਹਰ ਕੱਢਣਾ। ਨਸ਼ਾ ਅੱਜ ਦੀ ਡੇਟ ਦੇ ਵਿੱਚ ਸਮੇਂ ਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਮੁੱਦਾ, ਬਹੁਤ ਵੱਡਾ, ਖਾਸ ਕਰਕੇ ਨੌਜਵਾਨੀ ਵਾਸਤੇ। ਮੈਂ ਅੱਜ ਵੀ ਦੇਖ ਰਿਹਾ ਸੀਗਾ ਆਨਲਾਈਨ ਕਿ ਕਾਫੀ ਅੱਜ ਵੀ ਇੱਕ ਦੋ ਬੱਚਿਆਂ ਦੀ ਡੈਥ ਹੋਈ, ਰੋਜ਼ ਦੇਖੀ ਦਾ। ਔਰ ਕੱਲ ਪਰਸੋਂ ਵੀ ਸ਼ਾਇਦ ਮੋਗਾ ਵਾਲੀ ਸਾਈਡ ਦੇ ਉੱਤੇ ਸ਼ਾਇਦ ਇੱਕ ਵੀਡੀਓ ਸੀਗੀ, ਇੱਕ ਬੱਚਾ ਚੌਂਕ ਦੇ ਵਿੱਚ ਹੀ ਬੈਠ ਕੇ ਆਪਣੇ ਆਪ ਨੂੰ ਟੀਕਾ ਲਾ ਰਿਹਾ ਸੀ ਸ਼ਰੇਆਮ। ਤੇ ਇਸ ਵਿਸ਼ੇ ਉੱਤੇ ਫਿਰ ਤੁਸੀਂ ਆਪਾਂ ਇਸ ਤੁਹਾਡਾ ਕੀ ਵਿਚਾਰ ਹੈ, ਇਹਦੇ ਚੋਂ ਕਿੱਦਾਂ ਬਾਹਰ ਆ ਸਕਦੇ ਹਾਂ ਆਪਾਂ? ਇਹ ਮੈਨੂੰ ਲੱਗਦਾ ਵੀ ਤੁਸੀਂ ਬੜਾ ਮੇਰਾ ਇੱਕ ਸਵਾਲ ਪੁੱਛਿਆ ਜਿਹੜਾ ਜਵਾਬ ਦਾ ਬਲਬਲਾ ਮੇਰੇ 'ਚ ਬਹੁਤ ਜ਼ਿੰਦਾ ਬਣ ਰਿਹਾ ਸੀ, ਕਿਉਂਕਿ ਮੈਂ ਖੁਦ ਪਿਛਲੇ 9 ਸਾਲਾਂ ਤੋਂ, ਅਸੀਂ ਆਪਣੀ ਇੱਕ ਸਥਾ ਸੰਸਥਾ ਤੋਂ 4 ਮੁੰਡੇ ਮਹੀਨੇ ਦੇ ਡੀ ਐਡਿਕਸ਼ਨ ਲਈ ਚਾਹੁੰਦੇ ਹਾਂ ਅਤੇ ਉਹਨਾਂ ਦਾ ਇਲਾਜ ਕਰਵਾਉਂਦੇ ਹਾਂ। ਜਿਸ ਤਰ੍ਹਾਂ ਇਹਦੇ ਪਿੰਡ ਦੇ ਵਿੱਚ ਇੱਕ ਸੈਂਟਰ ਬਣਿਆ ਹੋਇਆ ਸੀ, ਇੱਕੋ ਹੀ ਸੈਂਟਰ ਬਣਿਆ ਸੀਗਾ ਜਿੱਥੇ ਇਹ ਕੰਮ ਕਰ ਰਿਹਾ ਸੀ, ਪਰ ਉਹਦਾ ਰੌਲਾ ਬਹੁਤ ਜ਼ਿਆਦਾ ਵੀ ਅੰਮ੍ਰਿਤਪਾਲ ਕੋਲ ਆ ਕੇ ਲੋਕ ਨਸ਼ੇ ਛੱਡ ਰਿਹਾ। ਭਾਈ ਸਾਹਿਬ ਮੇਰਾ ਮੰਨਣਾ, ਮੈਂ ਇਸ ਚੀਜ਼ ਨੂੰ ਬੜੀ ਨਜ਼ਦੀਕੋਂ ਦੇਖਿਆ, ਕੋਈ ਕਹਿ ਕੇ ਨਸ਼ਾ ਨਹੀਂ ਛੱਡ ਸਕਦਾ ਜਿਹੜੇ ਅੱਜ ਦੇ ਨਸ਼ੇ ਆ,
ਨੌਜਵਾਨ ਮਰਦੇ ਆ, ਤੁਹਾਡੀ ਗੱਲ ਆ, ਮਨ ਏਡਾ ਖਰਾਬ ਹੁੰਦਾ, ਭਰੀ ਜਵਾਨੀ 'ਚ ਬੜੇ ਲੰਬੇ ਉੱਚੇ ਮੁੰਡੇ ਮਰਦੇ ਆ। ਕੱਲ੍ਹ ਵੀ ਮੇਰੇ ਇੱਕ ਦੋਸਤ ਦਾ ਭਰਾ 35 ਸਾਲ ਦੀ ਉਮਰ ਦੇ ਵਿੱਚ 6'2" ਲੰਬਾ ਲਿਵਰ ਸਰਕੋਸਿਸ ਕਰਕੇ ਮਾਰਿਆ ਗਿਆ। ਕੋਈ ਭਾਜੀ ਇੱਕ ਚੰਗੀਆਂ ਚੀਜ਼ਾਂ ਜਿਹੜੀਆਂ ਆਪਣੀਆਂ ਫੈਲਾਈਆਂ ਜਾਂਦੀਆਂ ਨਾ, ਉਹਨਾਂ ਦੇ ਵਿੱਚੋਂ ਇਹ ਕਹਿ ਰਿਹਾ ਸੀਗਾ, ਜਿੱਦਾਂ ਨੇ ਜਰਨੈਲ ਸਿੰਘ ਹੋਣਾਂ ਦੀਆਂ ਗੱਲਾਂ ਨੂੰ ਕਾਫੀ ਨਕਲ ਕੀਤੀ ਹੋਈ ਆ, ਜੇ ਨਸ਼ੇ ਛਡਾਉਂਦੇ, ਪਾਣੀ ਪੜਾਉਂਦੇ ਵੀ ਅਸੀਂ ਅੱਤਵਾਦੀਆਂ ਤਾਂ ਅਸੀਂ ਅੱਤਵਾਦੀਆਂ, ਜਦਕਿ ਪ੍ਰੈਕਟੀਕਲ ਭਾਜੀ ਇਹਦੇ ਐਫਰਟ ਬਿਲਕੁਲ ਨਹੀਂ ਸੀ। ਇੱਦਾਂ ਨਹੀਂ ਹੁੰਦਾ, ਜੇ ਇੰਨੀ ਦੇਰ ਦੇ ਵਿੱਚ ਜਿੰਨਾ ਪੈਸਾ ਇਹਨੂੰ ਬਾਹਰੋਂ ਆ ਰਿਹਾ ਸੀ, ਘੱਟੋ ਘੱਟ ਹਜੇ ਤੱਕ 10 ਪ੍ਰੋਪਰ ਇੰਸਟੀਚਿਊਟ ਹੁੰਦੇ ਡੀ ਐਡਿਕਸ਼ਨ ਦੇ, ਅਤੇ ਉਹਨਾਂ ਦੇ ਵਿੱਚ MD ਸਾਈਕੈਟ੍ਰਿਕ ਡਾਕਟਰ ਹੁੰਦੇ, ਕਿਉਂਕਿ ਬੱਚੇ ਮੈਂ ਦੇਖੇ ਆ ਦਵਾਈਆਂ ਦੇ ਬਾਵਜੂਦ ਕੰਧਾਂ 'ਚ ਸਿਰ ਮਾਰਦੇ ਅਤੇ ਥੱਲੇ ਲੱਤਾਂ ਮਾਰਦੇ। ਇਹ ਜਿਹੜੇ ਸਿੰਥੈਟਿਕ ਡਰੱਗ ਹੈ ਉਹ ਨਹੀਂ ਵੀ ਅਸੀਂ, ਚਲੋ ਧੰਨ ਬਾਬਾ ਜਰਨੈਲ ਸਿੰਘ ਪਿੰਡਰਾਲਿਆਂ ਨੇ ਇੱਕ ਵਾਰੀ ਬਹੁਤ ਸਿੰਘਾਂ ਨੂੰ ਜਲ ਦੇ ਵਿੱਚ ਇਸ਼ਨਾਨ ਕਰਦਿਆਂ ਨੂੰ ਕਿਹਾ ਸੀ ਦਰਬਾਰ ਸਾਹਿਬ ਵੱਲ ਮੂੰਹ ਕਰੋ ਅਤੇ ਕਹੋ ਵੀ ਜੇ ਮੈਂ ਕੋਈ ਵੀ ਨਸ਼ਾ ਕਰਦਾ ਅੱਜ ਤੋਂ ਛੱਡਦਾ। ਉਹ ਜਰਨੈਲ ਸਿੰਘ ਪਿੰਡਰਾਲੇ 22 ਘੰਟੇ ਜਿਹੜੇ ਆ ਅਭਿਆਸੀ ਸੀ, ਅਤੇ ਪਹਿਲੇ ਉਮਰ ਦੇ 25 ਸਾਲ ਦੇ ਵਿੱਚ ਉਹ 2 ਘੰਟੇ 'ਚ ਕਿਰਿਆਵਾਂ ਕਰਦੇ ਸੀ, ਕਦੀ ਸੌਂਦੇ ਨਹੀਂ ਦੇਖਿਆ ਸੀ। ਉਹ ਇੱਕ ਰੂਹ ਸੀ, ਇੱਕ ਜਿਹਨਾਂ ਨੂੰ ਆਪਾਂ ਸ਼ਹੀਦੀ ਰੂਹਾਂ ਕਹਿੰਦੇ ਹਾਂ, ਉਹਨਾਂ ਦੀ ਕਿਰਪਾ ਹੋ ਸਕਦੀ ਆ। ਅਦਰਵਾਈਜ਼ ਮੈਨੂੰ ਆ ਕੇ ਤੁਸੀਂ ਜਾਂ ਮੈਂ ਤੁਹਾਨੂੰ ਕਹਿ ਦੇਵਾਂ ਭਾਈ ਸਾਹਿਬ ਮੈਂ ਨਸ਼ੇ ਛੱਡ ਰਿਹਾ, ਇੱਦਾਂ ਨਸ਼ੇ ਨਹੀਂ ਛੱਡ ਹੁੰਦੇ। ਇਹ ਬਿਲਕੁਲ ਕੂੜ ਪ੍ਰਚਾਰ ਸੀ। ਇਹਦੇ ਲਈ ਸਾਡੇ ਪੂਰੇ ਜਥੇ ਦਾ ਆਪਣਾ IT ਵੇਂ ਗਿਆ, ਅਸੀਂ ਸਟੱਡੀ ਕਰਨੀ ਸ਼ੁਰੂ ਕੀਤੀ ਬਕਾਇਦਾ ਵੀ ਵਾਕਈ ਇਹ ਗਰਾਊਂਡ ਲੈਵਲ 'ਤੇ ਕੰਮ ਕਰ ਰਿਹਾ, ਵੀ ਬਹੁਤ ਲੋਕ ਅੰਮ੍ਰਿਤਧਾਰੀ ਹੋ ਰਹੇ ਆ, ਵੀ ਵਾਕਈ ਇਸ ਤਰ੍ਹਾਂ ਦਾ ਪ੍ਰਚਾਰ ਤਾਂ ਹੈ ਨਹੀਂ ਇਹਦਾ, ਵੀ ਲੋਕ ਪਿਆਰ ਦੇ ਨਾਲ ਅੰਮ੍ਰਿਤਧਾਰੀ ਬਣਨ ਜਾਂ ਕੁਛ ਵੀ ਨਾ, ਕਿਉਂਕਿ ਪਤਾ ਲੱਗ ਜਾਂਦਾ ਜਰਨੈਲ ਸਿੰਘ ਉਹਨਾਂ ਦੀ ਬਹੁਤ ਮਿਹਨਤ ਸੀ, ਸਾਈਕਲ ਚੱਕਦੇ ਸੀ, ਇੱਕ ਸਿੰਘ ਨੂੰ ਲੈਂਦੇ ਸੀ, 4 ਪਿੰਡਾਂ 'ਚ ਜਾਂਦੇ ਸੀ, ਪ੍ਰਚਾਰ ਕਰਦੇ ਸੀ, ਅਤੇ ਲੋਕਾਂ ਦੇ ਵਿੱਚ ਚੰਗੀ ਜਦੋਂ ਸੋਚ ਆ ਜਾਂਦੀ ਸੀ ਤਾਂ ਲੋਕ ਚੰਗੇ ਪਾਸੇ ਚੱਲਦੇ ਸੀ। ਬੜੀ ਮੁਸ਼ਕਲ ਸੀ ਉਹਨਾਂ ਦੀ ਅਤੇ ਬੜੀ ਉਹਨਾਂ ਦੇ ਅੰਦਰ ਤਾਕਤ ਸੀ ਗੁਰਬਾਣੀ ਦੀ, ਜਿਹਦੇ ਕਰਕੇ ਉਹ ਇਹ ਕੰਮ ਕਰ ਪਾਉਂਦੇ ਸੀ। ਤਾਂ ਸਾਡੇ IT ਵਿੰਗ ਨੇ ਜਦੋਂ ਸਾਰਾ ਕੁਛ ਦੇਖਿਆ ਤਾਂ 60% ਖ਼ਬਰਾਂ ਅੱਜ ਤੋਂ 7, 8, 9, 6 ਸਾਲ ਪਹਿਲਾਂ ਦੀਆਂ ਚੱਕੀਆਂ ਗਈਆਂ, ਵੀ ਆਹ ਹਿੰਦੂ ਘਰ ਦੀ ਕੁੜੀ ਸਿੱਖੀ ਜੀਵਨ ਦੇ ਵਿੱਚ ਆ ਗਈ, ਹਿੰਦੂ ਘਰ 'ਚੋਂ ਆਪਣੇ ਹਿੰਦੂ ਪੇ ਦੇ ਨਾਲ ਖੜੀ ਹੋਈ ਆ, ਇਹ ਖਾਲਸਾ ਵਹੀਰ ਦੱਸ ਰਿਹਾ, ਉਹ 6 ਸਾਲ ਪੁਰਾਣੀ ਖ਼ਬਰ ਸੀ। ਸਭ ਤੋਂ 70% ਖ਼ਬਰਾਂ ਝੂਠੀਆਂ ਨਿਕਲੀਆਂ। ਉਹ ਇਹਨਾਂ ਦੇ ਪਿੱਛੇ ਕਿਹੜਾ ਪੋਲੀਟੀਕਲ IT ਵਿੰਗ ਕੰਮ ਕਰ ਰਿਹਾ ਇਹ ਨਹੀਂ ਮੈਨੂੰ ਪਤਾ ਲੱਗਾ, ਇਹ ਇੱਕ ਬੰਦੇ ਦਾ ਕੰਮ ਨਹੀਂ, ਇੱਕ ਐਸੋਸੀਏਸ਼ਨ ਦਾ ਕੰਮ ਨਹੀਂ, ਬਹੁਤ ਵੱਡਾ IT ਵਿੰਗ ਇਹਦੇ ਪਿੱਛੇ ਲੱਗਾ ਹੋਇਆ ਸੀ, ਇਹਨੂੰ ਇੱਕ ਆਈਕੋਨ ਦੇ ਰੂਪ 'ਚ ਸਟੈਬਲਿਸ਼ ਕਰਨ ਲਈ, ਇੱਕ ਸਿੱਖਾਂ ਦਾ ਸੁਪਨਾ ਬਣਾਉਣ ਲਈ ਵੀ ਆ ਗਿਆ। ਈਵਨ ਮੇਰਾ ਦੁੱਧ ਲੈਣ ਵਾਲਾ ਵੀ ਮੈਨੂੰ ਆ ਕੇ ਪੁੱਛਦਾ, ਭਾਈ ਸਾਹਿਬ ਹੁਣ ਅੰਮ੍ਰਿਤਪਾਲ ਆ ਗਿਆ ਕੀ ਹੋਊਗਾ? ਮੈਂ ਕਿਹਾ ਭਾਜੀ ਤੁਹਾਨੂੰ ਚਾਹੀਦਾ ਕੀ ਆ, ਤੁਹਾਨੂੰ ਚਾਹੀਦਾ ਕੀ ਆ, ਵੀ ਕੀ ਕਰਵਾਉਣਾ ਚਾਹੁੰਦੇ ਆ? ਸਭ ਤੋਂ ਪਹਿਲੀ ਗੱਲ ਆ, ਇਸ ਵੇਲੇ ਦੀ ਮੌਜੂਦਾ ਲੋੜ ਜਿਹੜੀ ਤੁਸੀਂ ਨਸ਼ੇ ਦੀ ਗੱਲ ਕਹਿੰਦੇ ਆ, ਜੇ ਨਸ਼ਿਆਂ ਨਾਲ ਵੀ ਲੜਨਾ, ਜੇ ਸਿੱਖਾਂ ਦੇ 15 ਧੜੇ ਆ, 15 ਬੰਦਿਆਂ ਦਾ 15 ਧੜੇ ਆ, ਅਤੇ ਸੋਚ ਮਿਸ਼ਨਰੀਆਂ ਦਾ ਮੁੱਖ ਇੱਧਰ ਨੂੰ ਆ, ਟਕਸਾਲੀਆਂ ਦਾ ਮੁੱਖ ਇੱਧਰ ਨੂੰ ਆ, ਨਿਰਮਲਿਆਂ ਦਾ ਇੱਧਰ ਨੂੰ ਆ, ਅਤੇ ਇਹ ਹਾਲਾਤ ਬਣੇ ਹੋਏ ਆ ਵੀ ਸਹੀ ਮਾਇਨੇ 'ਚ 100 ਸਿੱਖ ਵੀ ਇਕੱਠੇ ਹੋ ਜਾਣ, ਘੰਟਾ ਬਹਿ ਜਾਣ, ਲੜ ਪੈਂਦੇ ਆ ਜੋ ਹਾਲਾਤ। ਜੀ ਜੀ, ਜਦ ਤੱਕ ਅਸੀਂ ਇਕੱਠੇ ਨਹੀਂ ਹੁੰਦੇ, ਇਹ ਨਸ਼ੇ ਵਰਗੀ ਬਿਮਾਰੀ, ਇਹ ਪਹਿਲੇ ਨਸ਼ੇ ਨਹੀਂ ਹੈ ਵੀ ਕੋਈ ਫੀਮ ਖਾਂਦਾ ਜਾਂ ਕੋਈ ਦੇਸੀ ਨਸ਼ਾ ਲੈਂਦਾ ਜਾਂ ਮਾੜੀ ਮੋਟੀ ਕਿਸੇ ਨੇ ਦਾਰੂ ਪੀ ਲਈ ਆ, ਇਹ ਸਿੰਥੈਟਿਕ ਡਰੱਗ, ਇਹ ਦਿਮਾਗ 'ਤੇ ਅਸਰ ਕਰਦੇ ਆ, ਸਿੱਧਾ ਬੱਚੇ ਸੁੰਘਦੇ ਆ, ਅਤੇ ਬ੍ਰੇਨ ਦੇ ਜਿਹੜੇ ਸੈੱਲ ਆ ਉਹ ਕਮਜ਼ੋਰ ਹੁੰਦੇ ਆ, ਉਹ ਕਹਿਣ ਦੱਸਣ ਨਾਲ ਜਾਂ ਬਖਸ਼ਿਸ਼ ਦੇ ਨਾਲ ਠੀਕ ਨਹੀਂ ਹੋਣੇ ਭਾਈ ਸਾਹਿਬ। ਉਹਦੇ ਲਈ ਬਹੁਤ ਲੰਬਾ ਇਲਾਜ ਆ, ਅਸੀਂ ਬੱਚਿਆਂ ਦਾ ਇਲਾਜ ਕਰਵਾਈਦਾ, ਪਹਿਲਾਂ ਟੈਸਟ ਕਰਵਾਈਦੇ ਆ, ਟੈਸਟ ਕਰਵਾਉਣ ਤੋਂ ਬਾਅਦ DMC ਐਡਮਿਟ ਰਹਿੰਦੇ ਆ, ਫਿਰ ਡਿਸਚਾਰਜ ਹੁੰਦੇ ਆ, ਘਰ ਆ ਕੇ ਉਹਨਾਂ ਦੇ ਵੀਕਲੀ ਟੈਸਟ ਕਰਵਾਈਦੇ ਆ, ਉਹਨਾਂ ਦੇ ਵਾਈਟਾਮਿਨ D, B12 ਦੇ ਇੰਜੈਕਸ਼ਨ ਲਵਾਈਦੇ ਆ, ਅਤੇ ਉਹਨਾਂ 'ਤੇ ਪਰਸਪਰ ਆਪਾਂ ਨੂੰ ਪੂਰਾ ਪਹਿਰਾ ਦੇਣਾ ਪੈਂਦਾ 4-5 ਮਹੀਨੇ, ਫਿਰ 5 ਜੇ ਅਸੀਂ 4 ਬੱਚੇ ਚਾਹੁੰਦੇ ਹਾਂ ਤਾਂ 3 ਛੱਡ ਜਾਂਦੇ, 1 ਫਿਰ ਵੀ ਨਿਕਲ ਜਾਂਦਾ, ਇਹ ਇੰਨੇ ਤੇਜ਼ ਨਸ਼ੇ ਆ। ਅਤੇ ਇਹ ਗੱਲ ਬਿਲਕੁਲ ਇੱਕ ਭੰਬਲ ਭੁੱਸਾ ਪਾਇਆ ਹੋਇਆ ਸੀ, ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ, ਮੈਂ ਬਹੁਤ ਲੋਕਾਂ ਨੂੰ ਇਹਦਾ ਜਵਾਬ ਦੇਣਾ ਚਾਹੁੰਦਾ ਸੀ ਬਈ ਇੱਕ ਤੁਸੀਂ ਇੰਸਟੀਚਿਊਟ ਖੋਲ੍ਹ ਲਿਆ, ਦਿਖਾ ਤਾ, ਉਹਦੀ ਵੀ ਅੱਜ ਇੰਸਪੈਕਸ਼ਨ ਹੋਊਗੀ, ਉੱਥੋਂ ਕੀ ਨਿਕਲਦਾ, ਪੁਲਿਸ ਨੇ ਘੇਰਿਆ ਹੋਇਆ ਅਤੇ ਕਿਹੜੀਆਂ ਦਵਾਈਆਂ ਨਿਕਲਦੀਆਂ। ਅਤੇ ਮੈਂ ਮੰਨਦਾ ਵੀ ਇਹਦੇ ਵਿੱਚ ਸਾਇੰਸ ਨੇ ਬਹੁਤ ਤਰੱਕੀ ਕੀਤੀ ਆ, ਪਰ ਤੁਹਾਡਾ ਸਹੀ ਜਗ੍ਹਾ 'ਤੇ ਪਹੁੰਚਣਾ ਬਹੁਤ ਜ਼ਰੂਰੀ ਆ। ਜਿਨ੍ਹਾਂ ਦੇ ਬੱਚੇ ਨਸ਼ੇ ਕਰ ਰਹੇ, ਮੈਂ ਬੇਨਤੀ ਕਰਦਾ ਸੈਂਟਰਾਂ 'ਚ ਨਾ ਛੱਡੋ, ਇਹ ਤੁਸੀਂ ਇੱਕ ਆਤਮਘਾਤੀ ਫੈਸਲਾ ਲੈਂਦੇ ਆ। ਸੈਂਟਰਾਂ ਦੇ ਵਿੱਚ ਸੋਸ਼ਲ ਨਸ਼ਾ ਲੈਣਾ ਸਿਖਾਇਆ ਜਾਂਦਾ ਅਤੇ ਨਸ਼ੇ ਦੇ ਵਪਾਰੀ ਬਣਨਾ ਸਿਖਾਇਆ ਜਾਂਦਾ, ਨਸ਼ਾ ਛੱਡਣਾ ਨਹੀਂ ਸਿਖਾਇਆ ਜਾਂਦਾ, ਕਿਉਂਕਿ ਉੱਥੇ ਪ੍ਰੋਪਰ ਡਾਕਟਰਾਂ ਦੀ ਫੈਸਿਲਿਟੀ ਨਹੀਂ ਹੁੰਦੀ ਸੀ, ਕੁੱਟੇ ਮਾਰੇ ਵੀ ਜਾਂਦੇ ਆ। ਆਪਣੇ ਬੱਚਿਆਂ ਨੂੰ DMC ਜਾਂ ਵੱਡੇ ਹੋਸਪਿਟਲਸ ਦੇ ਵਿੱਚ 15-20 ਦਿਨ ਦੇ ਇਲਾਜ ਤੋਂ ਬਾਅਦ ਪੂਰਾ ਪਹਿਰਾ ਦੇ ਕੇ ਸੇਵਾ ਕਰਕੇ, ਨਫ਼ਰਤ ਨਾ ਕਰੋ, ਪਿਆਰ ਕਰਕੇ ਵੀ ਉਹ ਬਿਮਾਰੀ 'ਚ ਫਸੇ ਹੋਏ ਆ, ਉਹਨਾਂ ਨਾਲ ਪਿਆਰ ਕਰਕੇ ਤੁਸੀਂ ਇਹਨਾਂ ਨੂੰ ਕਰ ਸਕਦੇ ਆ। ਜੇ ਕਹੋ ਵੀ ਉਹਨਾਂ ਨਾਲ ਵੈਰ ਵਿਰੋਧ ਕਰਕੇ ਉਹਨਾਂ ਦੀਆਂ ਸਹੂਲਤਾਂ ਰੋਕ ਕੇ ਨਸ਼ੇ ਨਹੀਂ ਛੱਡੇ ਜਾ ਸਕਦੇ, ਬਹੁਤ ਤੇਜ਼ ਨਸ਼ੇ ਆ। ਇਹ ਸਾਰਾ ਇੱਕ ਬਣਾਇਆ ਹੋਇਆ ਗੁਬਾਰ ਸੀ ਵੀ ਅੰਮ੍ਰਿਤਪਾਲ ਆਹ ਕੰਮ ਕਰ ਰਿਹਾ। ਅਸਲੀਅਤ ਦੇ ਵਿੱਚ ਮੈਂ ਜੇ ਤੁਸੀਂ ਪੂਰੇ ਪੰਜਾਬ ਦੇ ਵਿੱਚੋਂ 10 ਬੰਦੇ ਕੱਢ ਕੇ ਦਿਖਾ ਦਿਓ, ਮੈਂ ਆਪਣੀਆਂ ਸਾਰੀਆਂ ਗੱਲਾਂ ਵਾਪਸ ਲੈ ਲੂੰਗਾ ਭਾਜੀ, ਵੀ 10 ਬੰਦੇ ਉਹਨੇ ਐਕਚੁਅਲ ਚਿੱਟਾ ਲੈਂਦੇ ਹੋਣ, ਛੜਾਏ ਹੋਣ, ਮੈਂ ਸਾਰੀਆਂ ਗੱਲਾਂ ਵਾਪਸ ਲੈ ਲੂੰਗਾ, ਇਹ ਚੀਜ਼ ਪ੍ਰੂਫ ਹੋ ਜਾਵੇ ਤਾਂ। ਮਜਿੰਦਰ ਸਿੰਘ ਜੀ, ਇੱਕ ਚੀਜ਼ ਜਿਹੜੀ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਇੱਕ ਹੋਰ ਗੱਲ ਕੀਤੀ ਜਾਂਦੀ ਸੀਗੀ ਕਿ ਇੱਕ ਸਾਡਾ ਪਾਣੀ ਆ
मैं परसनली भी मानता है कि बड़ा गंभीर बहुत ही गंभीर मसला। और थोड़ी देर पहला मैं न्यूज भी पढ़ी है, ऑनलाइन ही आजकल चल रहा सारा कुछ, फेसबुक पे देखी सी कि शायद हिमाचल ने कोई लॉ पास किया है उत्ते। हाँ जी, उन्होंने अपने लिए बड़ा तैयारी कर ली है। ते उस तो बाद एक भाषा का मुखा जरा मेन मुद्दा है, वो बहुत बहुत जरूरी है साडे वास्ते, क्योंकि जे साडी भाषा उठ गई ते गुरबाणी भी नाल ही गई है ना, असि भी नाल ही खत्म हो जाना, पंजाबी खत्म। उस तो बाद पानी है, जे असि भाषा नाल ना मरे ते सानू पानी नाल भी मरे नाल भी मरे। ते आपां इह मुद्दा भी भाई अमृतपाल सिंह ने चक्किया सी। हाँ जी हाँ जी, ते तुहाडा इहदे बारे की कहना? देखो एक तो पहली गल मैं दसवां भी मैं कोई ये नहीं है भी अमृतपाल का कट्ट विरोधी है, क्योंकि मैं धन श्री गुरु ग्रंथ साहब महाराज नूं अरदास करदा जदों भी सिक्खी दे विच कोई इदां दा दो चिती वाला फैसला आउंदा भी इह बंदा आ रहा बंदा चंगा जां माड़ा, ते मैं बचपन तों इक अरदास सच्चे पातशाह मूहरे करदा हाँ भी मैनूं इन्नी ताकत बख्शो सच्चे पातशाह मैनूं सच झूठ का पता लगे, तो बाद विच सच्चे पातशाह मैनूं ताकत बसो बख्शो भी मैं सच ते खड़ा हो सकां। ये मुद्दे गलत नहीं है, जे मैं खालिस्तान के अगेंस्ट है वो बहुत कारण है, पर मैं ये नहीं इस चीज़ ते आके भी खालिस्तान कहना गुनाह आ, क्योंकि अपना राष्ट्र मंगते हैं जिदा हिंदू राष्ट्र की गल हुंदी उन्होंने भी उन्नी सख्ती होनी चाहिए आ, पर मैं अमृतपाल सिंह उन्हां दे इस करके सी बई वह किसी नूं नाल लैके नहीं चल रहा, अपने आप में एक आइकोनिक इस्टैबलिशमेंट कर रहा है, तो अज परसों की खबर चल रही चार दिन की भी वो 11 हथियार वापस ले जाएंगे, मैं ये तो जरूर RTI पाऊंगा उन्होंने 11 हथियार दिते कि जोड़ा बंदा बहरले मुल्क तो आके पहले दिन एक गवर्नमेंट के अगेंस्ट गल करता उन्होंने 11 हथियार स्टेट गवर्नमेंट कि दे देती है, उन्होंने की ट्रेनिंग है जिन्होंने 11 हथियार दते है, उन्होंने उस चीज़ की समझ है की लोड़ है उस चीज़ में, मतलब मैं लगता बड़ी प्लान चीज़ा होंगे एजेंसिया द जरनैल सिंह पिंडराले कहते होंगे सी असी सवेरे उठते हैं रात को सौ जाते हैं, पर एजेंसियां 10 या 20 साल की जी गेम लैके चल दियाँ भी कदों किसी बंदे खड़ा करना किसी बंदे सुटना, एक बंदा इन्नी छेती स्टैबलिश नहीं हो सकता विदाउट मनी पावर एंड पोलीटिकल पावर, जिदा अमृतपाल खड़ा होया दलजीत सिंह बिट्टू आ भाई दलजीत सिंह बिट्टू बड़े इंटलैक्चुअल है जेलां कटियां आ भाई रणजीत सिंह खालसा टकसा अपने अकाल तख्त के इन्नी वधिया जथेदार रहे आ पहला हुक्मनामा बादलों के खिलाफ उन्होंने कढ़िया सीगा, तो ज्ञानी शेर सिंह जी आ जिहड़े कंप्लीट एक प्रचारक आ घोड़सवारी करते शस्त्र बनाते शस्त्र कला सिखाते कथा करते कीर्तन करते, तो भाई अवतार सिंह जी आ विधि चंदी है जिन्हां दे मूँह तो गुरबाणी का पता लगता भी गुरबाणी के किन्ने अभ्यासी आ, अजे बंदियां नूं नाल लैके चलदा तो सिख एक पंथ ले कट्ठा हुंदा, मैनूं लगता है यह काम कला जथेदार भाई जगतार सिंह वारा कर सकते, मैं उन्होंने चिट्ठिया पढ़ता जिन्ना सहज चाहिए इन्होंने चीज़ा ने, जो आप किसी को इकट्ठे करना बहुत निम्रता चाहिए है बहुत नीवे होना पैना, अगले को मूहरे भी करना पै सकता जे इस चीज़ की यदि तैयारी नहीं सी, ये सिर्फ मूहरे होना चाहता सी, तो ये पिछे की गेम से सारा कुछ देखो सच एक बड़ी चीज़ है झूठ के पैर नहीं होंगे, मेरा मनना प्यार से सच तो अलावा कोई रब नहीं, झूठ सामने आ जाना ये सवाल साढ़े एक मुंडा बहुत वधिया विद्वान है कुलजीत सिंह, उन्हें क्या भाजी तुम नोट किया भी जिन्या भी यदि इंटरव्यूज होंगे वो 7 सवाल है, कोई 7वां पहले नंबर पर पहुंचता कोई 5वां कोई 4था 8वीं गल नहीं है, मैनू लगता इन कच्चे पक्के एजेंसिया ने बिच रख दिता, तो उ गल मैं जिदा तुम पानी के मुद्दे की गल की भाई साहब सानू पता असी लोगों के चंगे बनना जी, तो सानू लोगों की नब्ज भी पता इन्ना को दुनिया च घूमया फिरया है उदो सानू पता है कि ਕਿਹੜੀਆਂ ਗੱਲਾਂ ਕੀਤੇ ਤੇ ਪੰਜਾਬੀਆਂ ਦੀ ਸਪੋਰਟ ਮਿਲਣੀ ਆ, ਭਾਵੇਂ ਨਸ਼ਿਆਂ ਦੀ ਗੱਲ ਹੋਵੇ ਪਾਣੀ ਦੀ ਪਾਣੀ ਦੇ ਮੁੱਦਿਆਂ ਦੀ ਬੜੇ ਗੰਭੀਰ ਮਸਲੇ ਆ ਤੁਹਾਡੀ ਮੈਂ ਗੱਲ ਨਾਲ ਸਹਿਮਤ ਹਾਂ ਉੱਜੜ ਰਹੇ ਸੀ, ਪਰ ਇਹਨਾਂ ਚੀਜ਼ਾਂ ਨੂੰ ਹੱਕਾਂ ਨੂੰ ਮੰਗਣ ਲਈ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀਗਾ, ਇਨ ਡੈਮੋਕ੍ਰੇਸੀ ਇਟ ਇਜ਼ ਦਾ ਗੇਮ ਆਫ ਨੰਬਰ ਆਫ ਹੈਡਸ, ਸਾਡੇ ਕੋਲ ਉਹਨੇ ਸਿਰ ਕਿੱਥੇ ਆ ਸਾਡੇ ਬੱਚੇ ਦਾ ਬਾਹਰ ਜਾ ਰਿਹਾ, ਜਦ ਤੱਕ ਨੰਬਰ ਆਫ ਹੈੱਡ ਨਹੀਂ ਹੋਣਗੇ ਡੈਮੋਕ੍ਰੇਸੀ ਦੇ ਵਿੱਚ ਕੋਈ ਗੱਲ ਸੁਣੀ ਨਹੀਂ ਜਾਊਗੀ, ਇਹ ਡੈਮੋਕ੍ਰੇਸੀ ਲਾਅ, ਅਤੇ ਜੇ ਆਪਾਂ ਬੱਚਿਆਂ ਨੂੰ ਇੱਥੇ ਰੋਕਣ ਦੀ ਜਾਂ ਪੰਜਾਬੀਆਂ ਦੇ ਮੁੜਕ ਸਿਵੇਂ ਦੀ ਗੱਲ ਨਹੀਂ ਕਰਦੇ ਜੇ ਇੱਥੇ ਪੰਜਾਬੀ ਵੱਡੀ ਗਿਣਤੀ 'ਚ ਨਹੀਂ ਹੁੰਦੇ ਅਸੀਂ ਪਾਣੀ ਜਾਂ ਇਹਨਾਂ ਹੱਕਾਂ ਦੀ ਲੜਾਈ ਤੁਸੀਂ ਸ਼ਬਦੀ ਤੌਰ 'ਤੇ ਸਮਝ ਲਓ ਜਾਂ ਕਿਸੇ ਤੌਰ 'ਤੇ ਸਮਝ ਲਓ ਜਿੱਤ ਨਹੀਂ ਸਕਦੇ ਭਾਜੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪੂਰਾ ਮਨਜਿੰਦਰ ਸਿੰਘ ਜੀ। ਹਾਂਜੀ, ਪਰ ਸਵਾਲ ਉੱਥੇ ਹੀ ਖੜਾ ਸੀਗਾ ਕਿ ਤੁਸੀਂ ਕਹਿ ਰਹੇ ਸੀ ਡੈਮੋਕ੍ਰੇਸੀ ਹੈ ਨਾ, ਹਾਂਜੀ ਆਪਾਂ ਡੈਮੋਕ੍ਰੇਸੀ ਦੇ ਨਾਲ ਹੀ ਆਪਣੇ ਨੁਮਾਇੰਦੇ ਜਿਹੜੇ ਸੀ ਉਹ ਚੁਣ ਕੇ ਵਿਧਾਨ ਸਭਾ ਭੇਜੇ ਹੋਏ ਨੇ, ਹਾਂਜੀ ਕੁਛ ਸੰਸਦ ਵਿੱਚ ਵੀ ਗਏ ਪਾਰਲੀਮੈਂਟ ਵਿੱਚ ਗਏ ਉਹ ਸਾਡੇ ਸਿਰ ਹੀ ਹੈ ਸਿਰ ਸਾਡੇ ਵੱਲੋਂ ਹੀ ਹੈ, ਜਿੱਦਾਂ ਇਹ ਇਹ ਮਸਲਾ ਉਹਨਾਂ ਨੇ ਹੱਲ ਕਰਨਾ ਹੈ, ਸ਼ਾਇਦ ਹਰੀ ਕੇ ਪੱਤਣ ਨੂੰ ਕੋਈ ਧਰਨਾ ਲੱਗਾ ਹੋਇਆ ਲਖੇਸਤਾਨੇ ਵੱਲੋਂ ਹੈ ਨਾ, ਉਹ ਵੀ ਸ਼ਾਇਦ ਪਾਣੀ ਦੇ ਮਸਲੇ ਕਰਕੇ ਪਾਣੀ ਦੇ ਮਸਲੇ ਕਰਕੇ, ਮੈਂ ਇਹ ਕਹਿ ਰਿਹਾ ਸੀਗਾ ਕਿ
ਆਪਾਂ ਇਹਨਾਂ ਤੋਂ ਬਾਹਰ ਕਿੱਦਾਂ ਆਵਾਂਗੇ? ਇਹ ਗੰਭੀਰ ਮਸਲਾ ਹੈ ਜਾਂ ਨਹੀਂ ਹੈ? ਚਲੋ ਨਸ਼ੇ ਵਿੱਚ, ਨਸ਼ੇ ਵਾਲੀ ਗੱਲ ਵੀ ਤੁਹਾਡੀ ਠੀਕ ਹੈ ਕਿ ਅਸੀਂ ਸਾਨੂੰ ਉਹਨਾਂ ਲਈ ਪ੍ਰੋਪਰ ਐਫਰਟ ਕਰਨੇ ਚਾਹੀਦੇ ਆ, ਹੋਸਪਿਟਲ ਦੇ ਐਫਰਟ ਕਰਨੇ ਚਾਹੀਦੇ ਆ, ਡਾਕਟਰ ਦੇ ਐਫਰਟ ਕਰਨੇ ਚਾਹੀਦੇ ਆ, ਮੈਡੀਸਨ ਦੇ ਡਾਕਟਰ ਕਰਨੇ ਐਫਰਟ ਕਰਨੇ ਚਾਹੀਦੇ ਆ, ਲੇਕਿਨ ਇਹ ਪਾਣੀ ਦਾ ਮਸਲਾ ਇਹ ਸਰਕਾਰ ਹੱਲ ਕਰੇਗੀ ਨਾ? ਆਪਾਂ ਜਾਂ ਮੈਂ ਜਾਂ ਤੁਸੀਂ ਇਕੱਲਾ ਇਕੱਲਾ ਬੰਦਾ ਜਾ ਕੇ ਤਾਂ ਨਹੀਂ ਜਾ ਸਕਦੇ, ਸਾਡੇ ਦਰਿਆ ਸੁੱਕੇ ਪਏ ਨੇ, ਸਤਲੁਜ ਵੀ ਸੁੱਕਾ ਪਿਆ, ਬਿਆਸ ਵੀ ਸੁੱਕਾ ਪਿਆ, ਤੇ ਜਦੋਂ ਅਸੀਂ ਛੋਟੇ ਹੁੰਦੇ ਸੀ ਤੇ ਸਾਨੂੰ ਪਤਾ, ਮੈਂ 88 ਦਾ ਹੜ੍ਹ ਦੇਖਿਆ, ਮੈਂ ਕਿਹਾ ਕਿੰਨਾ ਪਾਣੀ ਹੁੰਦਾ ਸੀ, ਸਾਡੇ ਸਾਡੀਆਂ ਛੱਤਾਂ ਨੂੰ ਪਾਣੀ ਲੱਗਾ ਹੋਇਆ ਸੀ, ਉਸ ਤੋਂ ਬਾਅਦ ਵਿੱਚ ਵੀ ਹੜ੍ਹ ਆਉਂਦੇ ਰਹੇ ਆਉਂਦੇ ਔਰ ਹੜ੍ਹ ਆਉਣਾ ਸ਼ਾਇਦ ਮੇਰੇ ਹਿਸਾਬ ਨਾਲ ਕੋਈ ਮਾੜੀ ਗੱਲ ਨਹੀਂ, ਚੰਗੀ ਗੱਲ, ਚੰਗੀ ਗੱਲ, ਪਾਣੀ ਦਾ ਸਰੋਤ ਹੈ, ਤੇ ਸਾਡੇ ਜ਼ਮੀਨੀ ਪੱਧਰ ਦਾ ਪਾਣੀ ਉੱਪਰ ਉੱਠਦਾ ਸੀਗਾ, ਪਰ ਅੱਜ ਸੁੱਕ ਗਿਆ ਸਾਰਾ ਕੁਛ, ਨਲਕੇ ਵੀ ਸੁੱਕ ਗਏ, ਪਾਣੀ ਥੱਲੇ ਗੰਦਲਾ ਹੋ ਗਿਆ, ਠੀਕ ਹੈ, ਬੋਰ ਕਰਕੇ ਥੱਲੇ ਪਾਣੀ ਗੰਦਾ, ਥੱਲੇ ਡਾਇਰੈਕਟ 250 ਫੁੱਟ ਔਰ ਇਹਦੇ ਵਿੱਚ ਆਪਾਂ ਕੀ ਸੋਚਦੇ ਆ? ਵੀ ਮੈਂ ਅੰਮ੍ਰਿਤਪਾਲ ਸਿੰਘ ਦੀ ਗੱਲ ਨਹੀਂ ਕਰ ਰਿਹਾ, ਸਰਕਾਰ ਨੂੰ ਜਿੱਦਾਂ ਅੰਮ੍ਰਿਤਪਾਲ ਸਿੰਘ ਤੇ ਜ਼ੋਰ ਲਾਇਆ, ਕੀ ਸਰਕਾਰ ਪਾਣੀ ਦੇ ਮੁੱਦੇ ਉੱਤੇ ਇੰਨਾ ਜ਼ੋਰ ਨਹੀਂ ਲਾ ਸਕਦੀ? ਭਾਈ ਸਾਹਿਬ ਜੀ, ਮੈਂ ਬੜੀਆਂ ਇੱਕ ਤੁਹਾਨੂੰ ਗੱਲ ਕਰਦਾ, ਵੀ ਮੈਨੂੰ ਬੜਾ ਭਰੋਸਾ, ਮੈਂ ਕੇਜਰੀਵਾਲ ਦੀ ਰਾਜਨੀਤੀ ਬੜੀ ਦੇਰ ਤੋਂ ਫੋਲੋ ਕਰ ਰਿਹਾ, ਉਹਦੇ 'ਤੇ ਮੈਂ ਬਾਇਓਗ੍ਰਾਫੀ ਬਣਾਈ ਸੀ, ਇਸ ਬੰਦੇ ਨੇ NGO ਦੇ ਵਿੱਚ ਕਿੱਦਾਂ ਕੰਮ ਕੀਤਾ, ਇਹਦੇ ਕੋਲ ਕਿੱਦਾਂ ਆਰਟ ਆ ਲੋਕਾਂ ਕੋਲੋਂ ਕਰਪਸ਼ਨ ਵਾਲੇ ਪੈਸੇ ਖੋਹ ਕੇ ਲੋਕਾਂ ਦੇ ਵਿੱਚ ਵੰਡਣ ਦਾ, ਜਿਹਦੇ ਕਰਕੇ ਮੈਨੂੰ ਇਹਦੇ 'ਤੇ ਉਮੀਦ ਸੀ। ਇਹ 'ਤੇ ਸੰਬੋਧੀਆਂ ਨੇ ਪਹਿਲੀ ਵਾਰ ਜਦੋਂ NGO ਬਣਾਈ 7 ਕਰੋੜ, ਦੂਜੇ ਸਾਲ 700 ਕਰੋੜ ਲੋਕਾਂ ਦਾ ਪੂਰਾ ਕਰਕੇ ਦਿੱਤਾ ਡਿਪਾਰਟਮੈਂਟਾਂ ਤੋਂ, ਤਾਂ ਮੈਨੂੰ ਬਹੁਤ ਵੱਡੀ ਉਮੀਦ ਸੀ ਵੀ ਇਹ ਜਿਹੜਾ ਪਾਣੀ ਦਾ ਤੁਸੀਂ ਕਹਿੰਦੇ ਆ ਨਾ, ਜਿੱਦਾਂ ਕਹਿੰਦੇ ਆ ਵੀ ਜਿਹੜੀ 3rd World War ਆ ਉਹ ਪਾਣੀ ਨਾਲ, ਪਾਣੀ ਕਰਕੇ ਲੱਗਣੀ ਆ, ਇਹ ਬਹੁਤ ਹੀ ਗੰਭੀਰ ਮਸਲਾ, ਮੈਂ ਤੁਹਾਡੀ ਗੱਲ ਸਹਿਮਤ। ਪਰ ਭਾਅ ਜੀ, ਇਹਦੇ ਵਿੱਚ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹੋ ਕੇ, ਵਿਦਆਊਟ ਪਲਾਨ ਨਥਿੰਗ ਇਜ਼ ਪੋਸੀਬਲ, ਲੱਖਾ ਸਲਾਣਾ ਮੈਂ ਬਹੁਤ ਪਸੰਦ ਕਰਦਾ, ਪਰਸੋਂ ਵੀ ਭਾਅ ਜੀ ਪੜ੍ਹਿਆ ਲਿਖਿਆ ਉਹਨੂੰ ਵੀ ਉਨੀ ਸਪੋਰਟ ਨਹੀਂ ਮਿਲ ਰਹੀ, ਲੱਖਾ ਸਲਾਣਾ ਬਹੁਤ ਵਧੀਆ ਮੁੱਦੇ ਚੱਕਦਾ, ਪੰਜਾਬੀ ਮੁੱਦੇ ਚੱਕਦਾ ਪਿਓਰ, ਮੈਂ ਤਾਂ ਸਪੋਰਟਰ ਹਾਂ ਪੱਕਾ ਜੀ ਜੀ। ਅਤੇ ਭਾਅ ਜੀ, ਜੇ ਆਪਾਂ ਪਾਣੀ ਦੇ ਮਸਲੇ 'ਤੇ ਜਾਣਾ, ਸਰਕਾਰਾਂ ਦਾ ਕੰਮ ਹੈ, ਪਰ ਦੂਜੀ ਗੱਲ ਆ ਸਰਕਾਰਾਂ ਦਾ ਇੱਕ ਵੱਡਾ ਕੰਮ ਜਿਹਦੇ ਵਿੱਚ ਮੈਂ ਹਮੇਸ਼ਾ ਸਮਝਦਾ ਬਾਹਰ 'ਤੇ ਸਾਡਾ ਫਰਕ ਰਹੂਗਾ ਜਦ ਤੱਕ ਉਹ ਚੀਜ਼ ਨਹੀਂ ਹੋ ਸਕਦੀ, ਲੋਕਾਂ ਤੱਕ ਅਵੇਅਰਨੈਸ ਨਹੀਂ ਪਹੁੰਚਾਈ ਜਾ ਰਹੀ ਬਈ ਅਸੀਂ ਕੰਪੋਜ਼ ਖਾਦ ਘਰ ਦੀ ਵੇਸਟ ਚੀਜ਼ਾਂ ਨਾਲ, ਮੇਰੀ ਵਾਈਫ ਬਣਾਉਂਦੀ ਹੈ, ਸਾਡੇ ਕੋਲ ਰੂਫ ਗਾਰਡਨ ਹੈ ਉੱਪਰ, ਸਾਰੀਆਂ ਸਬਜ਼ੀਆਂ ਸਾਡੇ ਘਰ ਬਣਦੀਆਂ ਅਤੇ ਕਿਸਾਨਾਂ ਦੇ ਵਿੱਚ ਜਾ ਕੇ, ਜਿੱਦਾਂ ਇੱਕ ਪੰਜਾਬੀ ਯੂਨੀਵਰਸਿਟੀ ਲੁਧਿਆਣਾ, ਹਰੇਕ ਕਿਸਾਨ ਪਹੁੰਚ ਨਹੀਂ ਸਕਦਾ, ਉਹਨਾਂ ਨੂੰ ਪਿੰਡਾਂ ਪਿੰਡਾਂ ਦੇ ਵਿੱਚ 5-5 ਪਿੰਡਾਂ ਦੇ ਵਿੱਚ ਕੈਂਪ ਲਾਉਣੇ ਚਾਹੀਦੇ ਆ ਬਈ ਅਸੀਂ ਬਦਲਵੀਂ ਖੇਤੀ ਦਿੰਦੇ ਹਾਂ ਝੋਨੇ ਤੋਂ ਇਲਾਵਾ, ਜਿਹੜਾ ਪਹਿਲਾਂ ਇੱਕ ਮਸਲਾ ਬਈ ਅਸੀਂ ਬਦਲਵੀਂ ਖੇਤੀ ਦਿੰਦੇ ਹਾਂ ਅਤੇ ਤੁਹਾਨੂੰ ਪਲੱਸ ਇੰਸ਼ੋਰ ਦਿੰਦੇ ਹਾਂ ਵੀ ਜੇ ਇਹਦੇ ਵਿੱਚ ਕੋਈ ਨੁਕਸਾਨ ਵੀ ਹੋਊਗਾ ਤੁਹਾਨੂੰ ਮੈਨੂੰ ਇੰਨੇ ਪੈਸੇ ਮਿਲਣਗੇ, ਲੋਕਾਂ ਦਾ ਕੌਨਫੀਡੈਂਸ ਆ ਗਿਆ ਉਸ ਚੀਜ਼ ਦੇ ਵਿੱਚ ਬਦਲਵੀਂ ਖੇਤੀ ਦੇ ਵਿੱਚ ਜੀ ਜੀ। ਅਤੇ ਸ਼ਹਿਰੀ ਖੇਤਰਾਂ ਦੇ ਵਿੱਚ ਜਿਹੜਾ ਗੱਡੀ ਧੋਣ ਜਾਂ ਹੋਰਾਂ ਚੀਜ਼ਾਂ ਦੇ ਵਿੱਚ ਸਖਤੀਆਂ ਹੋਣੀਆਂ ਚਾਹੀਦੀਆਂ, ਜਿਸ ਤਰ੍ਹਾਂ ਬੋਂਬੇ ਆ ਵੀ ਤੁਸੀਂ ਜਿਹੜੇ ਪਾਈਪ ਸਪੈਸ਼ਲ ਆਉਂਦੇ ਆ ਜਿਹਨਾਂ 'ਚੋਂ ਬਹੁਤ ਥੋੜ੍ਹਾ ਪਾਣੀ ਨਿਕਲਦਾ, ਇੱਕ ਬਾਲਟੀ ਨਾਲ ਗੱਡੀ ਧੋ ਜਾਂਦੀ ਆ ਅਤੇ ਲੋਕ ਕਈ ਵਾਰ ਇੰਨਾ ਪਾਣੀ ਹਾੜ ਦਿੰਦੇ ਆ ਵੀ ਉਹਦਾ ਕੋਈ ਹਿਸਾਬ ਨਹੀਂ ਹੁੰਦਾ। ਅਤੇ ਇਹ ਚੀਜ਼ਾਂ ਦੇ ਵਿੱਚ ਸਰਕਾਰ ਦਾ ਇੱਕ ਕੰਮ ਤਾਂ ਲੜਾਈ ਲੜਨਾ, ਤੁਹਾਡੀ ਗੱਲ ਮੈਂ ਬਿਲਕੁਲ ਸਹਿਮਤ ਹਾਂ, ਸਾਡੇ ਸਿਰ ਉਹ ਆ, ਉਹਨਾਂ ਨੂੰ ਲੜਨਾ ਚਾਹੀਦਾ। ਦੂਜਾ ਜੋ ਸਰਕਾਰ ਕਰ ਸਕਦੀ ਆ ਨਹੀਂ ਕਰ ਰਹੀ, ਜਿਹਦਾ ਮੈਨੂੰ ਹਜੇ ਤੱਕ ਬਹੁਤ ਦੁੱਖ ਆ, ਮੈਂ ਉਡੀਕ ਰਿਹਾ ਵੀ ਇਹ ਕਦੋਂ ਹੋਊਗਾ, ਕਿਉਂਕਿ ਇੰਨੇ ਦਿਮਾਗ ਵਾਲੇ ਬੰਦੇ ਆ, ਇਹਨਾਂ ਨੂੰ ਪਤਾ ਅਵੇਅਰਨੈਸ ਤੋਂ ਬਿਨਾਂ ਲੋਕਾਂ ਨੂੰ ਪਤਾ ਕਿੱਦਾਂ ਲੱਗੂਗਾ ਅਸੀਂ ਪਾਣੀ ਕਿੱਦਾਂ ਬਚਾਈਏ, ਲੋਕਾਂ ਨੂੰ ਕਿੱਦਾਂ ਸਮਝ ਆਊ ਅਸੀਂ ਪਾਣੀ ਕਿੱਦਾਂ ਬਚਾਈਏ। ਉਹਦੇ ਵਿੱਚ ਸ਼ਹਿਰੀ ਪੱਧਰ 'ਤੇ ਵੱਖਰੀਆਂ ਕੋਸ਼ਿਸ਼ਾਂ ਚਾਹੀਦੀਆਂ, ਪਿੰਡ ਪੱਧਰ 'ਤੇ ਵੱਖਰੀਆਂ ਟੀਮਾਂ, ਕੋਈ ਔਖਾ ਕੰਮ ਨਹੀਂ, ਵਲੰਟੀਅਰਸ ਆ, ਸਭ ਕੁਛ ਆ, ਤੁਹਾਡੇ ਕੋਲ ਸਰਕਾਰੀ ਤੰਤਰ ਆ, ਫੰਡ ਆ, ਲੋਕਾਂ ਦੇ ਵਿੱਚ ਅਵੇਅਰਨੈਸ ਫੈਲਾਉਣੀ ਚਾਹੀਦੀ ਆ, ਕੰਪੋਜ਼ ਖਾਦ ਕੀ ਚੀਜ਼ ਆ, ਘਰ ਦੀਆਂ ਵੇਸਟ ਚੀਜ਼ਾਂ ਦੇ ਨਾਲ ਬਹੁਤ ਘੱਟ ਪਾਣੀ ਨਾਲ ਅਸੀਂ ਘਰਾਂ 'ਚ ਸਬਜ਼ੀਆਂ ਕਿੱਦਾਂ ਉਗਾ ਸਕਦੇ ਹਾਂ, ਖੇਤੀਬਾੜੀਆਂ ਦੇ ਸਬਸਟੀਟਿਊਟ ਉਹਨਾਂ ਦੇ ਪਿੰਡਾਂ ਵਾਲਿਆਂ ਦੇ ਮੂਹਰੇ ਪੇਸ਼ ਕਰਨੇ ਚਾਹੀਦੇ ਆ, ਤਾਂ ਉਹਨਾਂ ਦਾ ਕੌਨਫੀਡੈਂਸ ਲੈਣਾ ਚਾਹੀਦਾ ਰਿਟਰਨ ਵੀ ਅਸੀਂ ਤੁਹਾਨੂੰ ਇੰਸ਼ੋਰਡ ਖੇਤੀਬਾੜੀ ਦੇਵਾਂਗੇ, ਤਾਂ ਕਿ ਉਹਨਾਂ ਦਾ ਭਰੋਸਾ ਜਾਗੇ, ਅਸੀਂ ਬਦਲਵੀਂ ਖੇਤੀ 'ਚੋਂ ਵੀ ਰੋਟੀ ਖਾ ਸਕਦੇ ਹਾਂ। ਜਿਹੜੀ ਇੱਕ ਜੱਟ ਦੀ ਸੋਚ ਆ, ਸਾਨੂੰ ਕਹਿ ਤਾਂ ਬਹੁਤ ਕੁਛ ਰਿਹਾ, ਮੁੜ ਕੇ ਪੁੱਛਣਾ ਕਿਸੇ ਨੇ ਨਹੀਂ, ਅਸੀਂ ਭੁੱਖੇ ਮਰ ਜਾਣਾ। ਅਤੇ ਜੇ ਸਰਕਾਰ ਅਵੇਅਰਨੈਸ ਨਹੀਂ ਜਗਾਉਂਦੀ, ਤਾਂ ਮੈਂ ਇੱਕ ਸੱਚੀ ਗੱਲ ਦੱਸਦਾ ਵੀ ਮੇਰੀ ਬਹੁਤ ਵੱਡੀ ਉਮੀਦ ਟੁੱਟੂਗੀ, ਕਿਉਂਕਿ ਮੈਨੂੰ ਪੜ੍ਹੇ ਲਿਖੇ ਲੋਕਾਂ ਤੋਂ ਇਹ ਆਸ ਆ ਅਤੇ ਸਾਡੇ ਨੁਮਾਇੰਦਿਆਂ ਤੋਂ ਇਹ ਆਸ ਆ, ਇੱਕ ਤਾਂ ਉਹ ਲੜਾਈ ਲੜਨ ਰਾਜਨੀਤਿਕ ਜੋ ਵੀ ਲੜੀ ਜਾ ਸਕਦੀ ਆ, ਵਧੀਆ ਵਕੀਲ ਕਰਕੇ ਸੁਪਰੀਮ ਕੋਰਟ ਦੇ ਵਿੱਚ ਜਾਂ ਜੋ ਵਿਧਾਨ ਸਭਾ ਦੇ ਵਿੱਚ ਇਹਦੇ 'ਤੇ ਤਕੜੇ ਮਤੇ ਪਾਸ ਹੋਣੇ ਚਾਹੀਦੇ ਆ ਅਤੇ ਤਕੜੇ ਰੂਪ ਦੇ ਵਿੱਚ ਖੜ੍ਹੇ ਹੋਣਾ ਚਾਹੀਦਾ ਵੀ ਜਿੱਦਾਂ ਤੁਸੀਂ ਦੱਸਿਆ ਹਿਮਾਚਲ ਗੌਰਮੈਂਟ ਨੇ ਕੀਤਾ, ਇੱਕ ਐਸਾ ਲਾਭ ਬਣਾ ਦਿੱਤਾ ਜਿਹਦੇ ਕਰਕੇ ਪਾਣੀ ਦਾ ਜਿਹੜਾ ਪੰਜਾਬ ਦਾ ਖਰਚਾ ਹਿਮਾਚਲ ਤੋਂ ਆ ਰਿਹਾ ਆ ਉਹੀ ਖਰਚਾ 2000 ਕਰੋੜ ਬਣ ਜਾਣਾ, ਜਿਹਦੇ ਵਿੱਚ ਪੰਜਾਬ 'ਚੋਂ ਕੋਈ ਵੀ ਲੀਡਰ ਬੋਲਿਆ ਨਹੀਂ। ਅਤੇ ਮੈਂ ਸੋਚਦਾ ਸੀਗਾ ਚਲੋ ਪਿਛਲੀਆਂ ਸਰਕਾਰਾਂ ਨਾਲੋਂ ਤਾਂ ਬਹੁਤ ਬਿਹਤਰ ਆ, ਕਿਉਂਕਿ ਇੱਕ ਬਿਲਕੁਲ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਸੀ, ਪਰ ਜੇ ਪੜ੍ਹਿਆ ਲਿਖਿਆ ਦੀ ਸਰਕਾਰ ਆ ਇਹਨਾਂ ਤੋਂ ਮੈਂ ਇਹ ਆਸ ਨਹੀਂ ਕਰਦਾ। ਪਾਣੀ ਦੇ ਮੁੱਦੇ 'ਤੇ ਬਹੁਤ ਬੁਲੰਦ ਹੋ ਕੇ ਆਵਾਜ਼ ਬੁਲੰਦ ਕਰਨੀ ਪੈਣੀ ਆ, ਪਲੱਸ ਭਾਅ ਜੀ ਅਵੇਅਰਨੈਸ, ਇਹ ਤੋਂ ਦੁਨੀਆਂ 'ਚ ਨੌਲੇਜ ਤੋਂ ਵੱਡੀ ਤਾਕਤ ਕੋਈ ਨਹੀਂ। ਇਹ ਪਿੰਡਾਂ ਦੇ ਵਿੱਚ ਕੈਂਪ ਲਾ ਕੇ ਡਰੱਗ ਦੇ ਵੀ ਇੱਦਾਂ ਹੋਣੇ ਚਾਹੀਦੇ ਆ
ਤੇ ਪਾਣੀ ਦੇ ਵੀ ਇਸੇ ਤਰ੍ਹਾਂ ਹੋਣੇ ਚਾਹੀਦੇ ਆ। ਅਵੇਅਰਨੈਸ ਜਿਹੜੀ ਆ ਉਹ ਲੋਕਾਂ ਤੱਕ ਵੱਧ ਤੋਂ ਵੱਧ ਦੇਣੀ ਚਾਹੀਦੀ ਆ, ਤਾਂ ਹੀ ਸਾਰਾ ਮੁੱਦਾ ਹੱਲ ਹੋ ਸਕਦਾ। ਇਹ ਸੀ ਸਾਡੇ ਨਾਲ ਮਨਜਿੰਦਰ ਸਿੰਘ ਜੀ ਖਾਲਸਾ, ਔਰ ਅਸੀਂ ਇਹਨਾਂ ਦਾ ਵਿਸ਼ੇਸ਼ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਆਪਣੇ ਵਡਮੁੱਲੇ ਵਿਚਾਰ ਰੱਖੇ। ਭਾਈ ਅੰਮ੍ਰਿਤਪਾਲ ਸਿੰਘ ਬਾਰੇ ਵੀ ਇਹਨਾਂ ਨੇ ਆਪਣੇ ਵਿਚਾਰ ਰੱਖੇ। ਇਸ ਤੋਂ ਇਲਾਵਾ ਪਾਣੀਆਂ ਦਾ ਮੁੱਦਾ ਸੀਗਾ, ਅਤੇ ਇਹਨਾਂ ਨਾਲ ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ ਸਾਡੀ। ਔਰ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।